ਇਹ ਤਸਵੀਰਾਂ surjit patar ਹੁਣਾਂ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਦੋਸਤ ਪਹੁੰਚ ਰਹੇ ਨੇ ਔਰ ਦੱਸਦੇ ਚੱਲਦੇ ਆ surjit patar ਹੁਣਾਂ ਦਾ ਦੇਹਾਂਤ ਹੋ ਗਿਆ ਹਾਰਟ ਟੈਕ ਨਾਲ ਉਹਨਾਂ ਦੀ ਮੌਤ ਹੋਈ ਔਰ ਬੀਤੀ ਰਾਤ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਹ ਬੀਤੀ ਰਾਤ ਸੁੱਤੇ ਤਾਂ ਸਵੇਰੇ ਉੱਠੇ ਹੀ ਨਹੀਂ ਔਰ ਉਹਨਾਂ ਦੀ ਮੌਤ ਦੀ ਖਬਰ ਨਾਲ ਪੂਰੇ ਪੰਜਾਬੀਆਂ ਨੂੰ ਇਸ ਸਾਹਿਤ ਜਗਤ ਨੂੰ ਝਟਕਾ ਲੱਗਿਆ ਬਹੁਤ ਵੱਡੇ ਸਾਹਿਤਕਾਰ ਔਰ ਸ਼ਾਇਰ ਸੀਗੇ ਸੁਰਜੀਤ ਪਾਤਰ ਉਹਨਾਂ ਦੀਆਂ ਸ਼ਾਇਰੀਆਂ ਨੂੰ ਉਹਨਾਂ ਦੇ ਸਾਹਿਤ ਨੂੰ ਇੱਕ ਸਾਹਿਤ ਕਾਰਜ ਯੁੱਗ ਦਾ ਅੰਤ ਹੋਇਆ ਇੱਕ ਸੁਰਜੀਤ ਪਾਤਰ ਹੋਣਾਂ ਦੇ ਜਾਣ ਨਾਲ ਤਾਂ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪਰਿਵਾਰਕ ਮੈਂਬਰ ਵੀ ਭਾਵੁਕ ਹੋਏ ਨੇ ਫੁੱਟ ਫੁੱਟ ਕੇ ਪਰਿਵਾਰਕ ਮੈਂਬਰ ਰੋ ਰਹੇ ਨੇ ਕਿਉਂਕਿ ਇੱਕ ਹਸਮੁਖ ਚਿਹਰਾ ਜਦੋਂ ਘਰੋਂ ਚਲਾ ਜਾਵੇ ਬਹੁਤ ਵੱਡਾ ਝਟਕਾ ਲੱਗਦਾ ਹੈ ਔਰ ਇੱਥੇ ਤਾਂ ਸੁਰਜੀਤ ਪਾਤਰ ਦੇ ਚਲੇ ਜਾਣ ਨਾਲ ਪੂਰੇ ਪੰਜਾਬ ਨੂੰ ਝਟਕਾ ਲੱਗਿਆ ਸੁਰਜੀਤ ਪਾਤਰ ਹੁਣਾਂ ਦੀ ਦੱਸਿਆ ਜਾ ਰਿਹਾ ਹੈ ਕਿ 80 ਸਾਲ ਦੇ ਕਰੀਬ ਉਮਰ ਸੀ ਉਹਨਾਂ ਦੀ ਔਰ ਉਹਨਾਂ ਦੇ ਉਹਨਾਂ ਦਾ ਇੱਕ ਬੇਟਾ ਜਿਹੜਾ ਉਹ ਕੈਨੇਡਾ ਰਹਿੰਦਾ ਆ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਆਪਣੀ ਪ੍ਰਸਿੱਧ ਇੱਕ ਸਫਲ ਗਜ਼ਲਕਾਰ ਨਾਲ ਉਹਨਾਂ ਦੀ ਜਿਹੜੀ ਪਛਾਣ ਬਣੀ ਪੂਰੇ ਯੁੱਗ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਤਾਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਇਸ ਗਜ਼ਲ ਕਰਕੇ ਯਾਦ ਕੀਤਾ ਜਾਵੇਗਾ ਘਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਔਰ ਬਹੁਤ ਸਾਰੀਆਂ ਗਜ਼ਲਾਂ ਨੇ ਜੜੀਆਂ ਉਹਨਾਂ ਦੀ ਹਰ ਵੇਲੇ ਯਾਦ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਇਹ ਤਸਵੀਰਾਂ ਜੋ ਹੈ ਘਰ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੀਸੀ ਸਹਿਬਾਨ ਵੀ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰ ਦੋਸਤ ਜਿਹੜੇ ਪਹੁੰਚ ਰਹੇ ਆ ਕਿਉਂਕਿ ਜਿੱਥੇ ਸੁਰਜੀਤ ਪਾਤਰ ਨੇ ਆਪਣੇ ਸਾਹਿਤ ਕਰਕੇ ਨਾਖਟਿਆ ਉੱਥੇ ਹੀ ਦੋਸਤੀ ਉਹਨਾਂ ਦੀ ਉਹਨਾਂ ਦੇ ਦੋਸਤ ਅਜਿਹੇ ਜਿਹੜੇ ਅੱਜ ਉਹਨਾਂ ਨੂੰ ਬਹੁਤ ਵੱਡਾ ਝਟਕਾ ਮਹਿਸੂਸ ਹੋਇਆ ਕਈਆਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇੱਕ ਕੀ ਪਾਣਾ ਵਾਪਰ ਗਿਆ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਮਾਮ ਪੰਜਾਬ ਦੀਆਂ ਹਸਤੀਆਂ ਪੰਜਾਬ ਦੇ ਰਾਜਨੀਤਿਕ ਲੋਕ ਜਿਹੜੇ ਨੇ ਅੱਜ ਇਸ ਦੁੱਖਚੇ ਨੇ ਕਿ ਸੁਰਜੀਤ ਪਾਤਰ ਦੇ ਚਲੇ ਜਾਣ ਨਾਲ ਪੰਜਾਬ ਦੇ ਸਾਹਿਤ ਦਾ ਦੇ ਯੁੱਗ ਦਾ ਇੱਕ ਅੰਤ ਹੋਇਆ ਹੈ ਤਾਂ ਘਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਪਰਿਵਾਰਕ ਮੈਂਬਰ ਪਹੁੰਚੇ ਉਹਨਾਂ ਦੀ ਮ੍ਰਿਤਿਕ ਦੇਵੀ ਜਿਹੜੀ ਲਿਆਂਦੀ ਗਈ ਆ ਔਰ ਬੀਤੀ ਰਾਤ ਜਿਹੜੇ ਆ ਇੱਕ ਸਾਹਿਤ ਦੇ ਬਾਬਾ ਬੋੜ ਜਿਸ ਨੂੰ ਕਹਿ ਦਿਆ ਸੀ ਜਿਸ ਤਰੀਕੇ ਨਾਲ ਸੀ ਰਾਜਨੀਤਿਕ ਦੇ ਬਾਬਾ ਬੋੜ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਹਿੰਦੇ ਸੀ ਤਾਂ ਉਹਨਾਂ ਦੇ ਤੁਸੀਂ ਕਰੀਅਰ ਤੇ ਉਹ ਉਹ ਚੀਜ਼ ਹੈ ਇੱਕ ਤਰ੍ਹਾਂ ਦੀ ਕਿ ਸੁਰਜੀਤ ਪਾਤਰ ਇੱਕ ਸਾਹਿਤ ਦੇ ਬਾਬਾ ਬੋੜ ਸੀਗੇ ਔਰ ਉਹਨਾਂ ਦੀਆਂ ਸ਼ਾਇਰੀਆਂ ਯਾਦ ਰੱਖੀਆਂ ਜਾਣਗੀਆਂ ਤਾਂ ਦੱਸਦੀ ਹੈ ਸੁਰਜੀਤ ਪਾਤਰ ਉਹਨਾਂ ਨੂੰ ਪਦਮਸ਼ਰੀ ਅਵਾਰਡ ਵੀ ਮਿਲਿਆ ਕਈ ਸਾਹਿਤਕਾਰ ਦੇ ਵਿੱਚ ਅਵਾਰਡ ਅਜਿਹੇ ਜਿਹੇ ਮਿਲੇ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਿਹੜੇ ਪਹਿਲੇ ਅਵਾਰਡ ਉਹਨਾਂ ਨੂੰ ਮਿਲੇ ਤਾਂ ਤਸਵੀਰ ਜਿਹੜੀ ਅਸੀਂ ਕਰਦੀਆਂ ਦਿਖਾ ਰਹੇ ਹਾਂ ਉਹਨਾਂ ਦੇ ਘਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਭਾਵੁਕ ਹੋਏ ਪਏ ਨੇ ਔਰ ਡੀਸੀ ਸਾਹਿਬਾਨ ਜਿਹੜੇ ਉਹ ਪਹੁੰਚੇ ਨੇ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਪਰਿਵਾਰਕ ਮੈਂਬਰ ਦੀਆਂ ਇਹ ਸੁਰਜੀਤ ਪਾਤਰ ਹੋਣਾ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਲੱਗਿਆ ਆ ਤਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਆ ਪਰਿਵਾਰਕ ਮੈਂਬਰਾਂ ਨੂੰ ਗੱਲ ਲੱਗ ਲੱਗ ਕੇ ਰੋ ਰਹੇ ਨੇ ਡੀਸੀ ਸਹਿਬਾਨ ਮੌਕੇ ਤੇ ਪਹੁੰਚੇ ਔਰ ਉਹਨਾਂ ਦਾ ਬੇਟਾ ਜਿਹੜਾ ਕੈਂਡਰ ਰੰਦਾ ਆ ਉਹਨਾਂ ਦੀ ਆਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਿਆਵਾਂ ਨੂੰ ਪਾਰਦਰਸ਼ੀ ਰੂਪ ਵਿੱਚ ਕਲਮਬੰਦ ਕੀਤਾ ਜਿਸ ਤਰੀਕੇ ਦੇ ਨਾਲ ਸ਼ਾਇਰੀ ਨੂੰ ਉਰਦੂ ਚ ਦੇਖਿਆ ਜਾਂਦਾ ਸੀ ਤਾਂ ਉਰਦੂ ਤੋਂ ਪੰਜਾਬੀ ਦੇ ਵਿੱਚ ਜਿਹੜੀ ਸ਼ਾਇਰੀ ਨੂੰ ਔਰ ਪੰਜਾਬੀ ਨੂੰ ਜਿਹੜਾ ਪਰੌਣ ਵਾਲੇ ਉਹ ਸੁਰਜੀਤ ਪਾਤਰ ਨੇ ਸਹਰਾ ਜਿਹੜਾ ਉਹ ਸੁਰਜੀਤ ਪਾਤਰ ਹੋਣਾ ਨੂੰ ਜਾਂਦਾ ਤਾਂ ਉਹਨਾਂ ਦੇ ਚਲੇ ਜਾਣ ਨਾਲ ਬਹੁਤ ਵੱਡਾ ਚਟਕਾ ਅੱਜ ਪੰਜਾਬੀਆਂ ਨੂੰ ਲੱਗਿਆ ਜਿਸ ਨਾਲ ਇੱਕ ਯੁੱਗ ਦਾ ਅੰਤ ਹੋਇਆ ਔਰ ਸੁਰਜੀਤ ਪਾਤਰ ਨੂੰ ਸੁਣ ਕੇ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੁੰਦਾ ਸੀ ਜਿਹੜੇ ਸਾਹਿਤ ਨਾਲ ਜੁੜੇ ਹੋਏ ਨੇ ਉਹਨਾਂ ਦਾ ਤਜਰਬਾ ਸਾਹਿਤ ਦੇ ਵਿੱਚ ਅੱਜ ਵੀ ਉਹਨਾਂ ਤੋਂ ਹਰ ਚੀਜ਼ਾਂ ਸੁਣਦੇ ਹੁੰਦੇ ਸੀ ਕਈ तमाम ਅਹੁਦਿਆਂ ਤੇ ਨਿਯੁਕਤ ਰਹੇ ਔਰ ਅੱਜ ਉਹ ਆਪਣਾ ਸਫ਼ਰ ਖਤਮ ਕਰ ਚੁੱਕੇ ਔਰ ਜਿਸ ਨਾਲ ਪੰਜਾਬੀਆਂ ਨੂੰ ਬਹੁਤ ਵੱਡਾ ਅਚ